ਜੀ ਮੈਨੂੰ ਬਚਾ ਲਓ ਡਾਕਟਰ ਸਾਹਿਬ, ਮੇਰਾ ਕੰਮ ਪੱਟਿਆ ਜਾਊ ਡਾਕਟਰ ਸਾਹਿਬ, ਮੇਰੇ ਘਰ ਵਾਲੀ ਛੱਡ ਕੇ ਮੈਨੂੰ ਮੇਰੇ ਜਵਾਕ ਵੀ ਛੱਡ ਕੇ ਬਹਿ ਜਾਣਗੇ, ਡਾਕਟਰ ਸਾਹਿਬ ਮੈਨੂੰ ਬਚਾ ਲਓ, ਮੈਂ ਤੁਹਾਡੇ ਪੈਰ ਪੜਦਾ ਡਾਕਟਰ ਸਾਹਿਬ, ਮੈਨੂੰ ਬਚਾ ਲਓ ਡਾਕਟਰ ਸਾਹਿਬ, ਮੈਨੂੰ ਨੀ ਪਤਾ, ਮੈਨੂੰ ਕੋਈ ਦਵਾਈ ਦੇ ਦੋ ਡਾਕਟਰ ਸਾਹਿਬ, ਮੈਨੂੰ ਕੁਛ ਵੀ ਦੇ ਦੋ ਡਾਕਟਰ ਸਾਹਿਬ, ਮੈਨੂੰ ਕੀ ਕਾਰਨ ਕੀ ਆ, ਕੀ ਕਾਹਦੇ ਵਾਸਤੇ ਡਾਕਟਰ ਸਾਹਿਬ, ਮੈਂ ਬਸ ਮੈਂ ਖੇੜਾ ਸਿਖਾਉਣਾ ਚਾਹੁੰਦਾ ਡਾਕਟਰ ਸਾਹਿਬ, ਮੈਨੂੰ ਕਦੇ ਉਹਦੀ ਯਾਦ ਹੀ ਨਾ ਆਵੇ ਬਸ। ਅੱਛਾ ਬਾਹਰ ਵਾਲੀ ਦਾ ਚੱਕਰ? ਨਹੀਂ ਡਾਕਟਰ ਸਾਹਿਬ, ਤੁਸੀਂ ਸਮਝ ਦੇਖ ਕੇ ਬਣੀ, ਮੈਨੂੰ ਕਦੇ ਬਸ ਯਾਦ ਹੀ ਨਾ ਆਵੇ, ਪਰਦੇਸਣ ਦਾ ਚੱਕਰ ਆ ਜਾਂ ਕੀਦੀ ਯਾਦ ਨਾ ਆਵੇ ਡਾਕਟਰ ਸਾਹਿਬ, ਇਹ ਵੀ ਯਾਦ ਨਾ ਆਵੇ, ਕੋਈ ਇਹੋ ਜਿਹੀ ਦਵਾਈ ਦੇ ਦਿਓ ਡਾਕਟਰ ਸਾਹਿਬ, ਡਾਕਟਰਾ ਡਾਕਟਰਾ ਦੇ ਦੇ ਕੋਈ ਦਵਾਈ ਜਿਹਦੇ ਨਾਲ ਯਾਦ। ਅਜੀ ਡਾਕਟਰ ਡਾਕਟਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਫਟਾਫਟ ਦੱਸੋ ਕੀ ਕੰਮ ਹੈ, ਮੈਂ ਥੋੜ੍ਹਾ ਜਾਣਾ ਕਿਤੇ। ਦੇਖ ਰਾਜੇ, ਇੱਕ ਤੇ ਤੇਰੇ ਵਾਸਤੇ ਹੈ ਮਾੜੀ ਖਬਰ, ਇੱਕ ਤੇਰੇ ਵਾਸਤੇ ਹੈ ਬਹੁਤ ਬਹੁਤ ਮਾੜੀ ਖਬਰ, ਪਹਿਲਾਂ ਕਿਹੜੀ ਸੁਣਨੀ ਹੈ? ਇੱਕ ਬਹੁਤ ਮਾੜੀ, ਇੱਕ ਉਦੋਂ ਵੀ ਮਾੜੀ, ਪਹਿਲਾਂ ਮਾੜੀ ਦੱਸ ਦਿਓ ਫਿਰ। ਮਾੜੀ ਖਬਰ ਇਹ ਹੈ ਵੀ ਤੇਰੇ ਕੋਲ ਜ਼ਿੰਦਗੀ ਜਿਉਣ ਵਾਸਤੇ 24 ਘੰਟੇ ਨੇ। ਓ ਨੋ, ਸਿਰਫ 24 ਘੰਟੇ? ਓਨਲੀ 24 ਆਵਰਸ। ਮੈਨੂੰ ਇਹ ਦੱਸੋ ਵੀ ਇਦੋਂ ਮਾੜੀ ਖਬਰ ਕੀ ਹੋਊਗੀ? ਇਦੋਂ ਮਾੜੀ ਖਬਰ ਇਹ ਹੈ ਰਾਜੇ ਵੀ ਇਹੀ ਖਬਰ ਮੈਂ ਤੈਨੂੰ ਪਿਛਲੇ 24 ਘੰਟਿਆਂ ਤੋਂ ਦੇਣ ਨੂੰ ਤਰਸੀ ਜਾਂਦਾ। ਹੈਲੋ, ਹਾਂ ਸ਼ੁਕਲਾ, ਹਾਂ ਮੇਰਾ ਨਾ ਬਹੁਤ ਖੰਘ ਮੈਨੂੰ ਲੱਗ ਰਹੀ ਹੈ ਅਤੇ ਮੈਂ ਆਪ ਜਿਵੇਂ ਸਾਰੀਆਂ ਦਵਾਈਆਂ ਖਾ ਪੀ ਕੇ ਦੇਖ ਲਈਆਂ, ਹੁਣ ਘਰ ਵਾਲੀ ਦਾ ਫੋਨ ਹੈ, ਉਹ ਕਹਿੰਦੀ ਸੀ ਕਿਸੇ ਚੰਗੇ ਡਾਕਟਰ ਨੂੰ ਦਿਖਾ ਲਾ। ਗਾਹਕ ਆਇਆ, ਨਮਸਤੇ ਡਾਕਟਰ ਸਾਹਿਬ, ਅਤੇ ਡਾਕਟਰ ਸਾਹਿਬ ਦਵਾਈ ਲੈਣੀ ਡਾਕਟਰ ਸਾਹਿਬ। ਦਵਾਈ ਦੱਸੋ ਕਾਹਦੀ? ਲੂਜ਼ ਮੋਸ਼ਨ ਦੀ, ਟੱਟੀਆਂ। ਅੱਛਾ, ਐਂ ਕਰੋ, ਆ 2 ਚਮਚੇ ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਸਵੇਰੇ ਉੱਠਣ ਤੋਂ ਬਾਅਦ ਲੈ ਲਿਓ, ਅਤੇ ਆਹ 2 ਕੈਪਸੂਲ ਲੈ ਲਿਓ ਸਵੇਰੇ ਸ਼ਾਮ, ਅਤੇ ਆਹ ਗੋਲੀ ਜਿੰਦੇ ਲੱਗ ਜਾਣਗੇ, ਜਿੰਦੇ ਲਾਹੌਰੀ ਜਿੰਦੇ। ਡਾਕਟਰ ਸਾਹਿਬ ਸ਼ਰਾਧਾਂ ਦੇ ਦਿੰਦੇ, ਮੈਂ ਲੋਕਾਂ ਦੇ ਘਰ ਜਾ ਕੇ ਖਾ ਤਾਂ ਸਕਦਾ ਨਾ? ਦੇਖੋ, ਖਾ ਵੀ ਸਕਦੇ ਹੋ, ਪੀ ਵੀ ਸਕਦੇ ਹੋ, ਇਹ ਦਵਾਈ ਦੇ ਨਾਲ ਇੱਕੋ ਹੀ ਸ਼ਰਤ ਹੈ। ਕਿਹੜੀ? ਸ਼ੰਖ ਨਹੀਂ ਵਜਾਉਣਾ। ਹੈਂ? The fucking eagle double G. Snoop Dogg.